ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਔਲਖ NC7 ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਅਸੀਂ COVID-19 ਦੇ ਮੱਦੇਨਜ਼ਰ ਵੱਖ ਵੱਖ ਸਕੂਲਾਂ ਦਾ ਜਿਹੜਾ ਹੈਗਾ ਦੌਰਾ ਕਰਨ ਦੇ ਲਈ ਇੱਕ ਆਪਣੀ ਟੀਮ ਸਮੇਤ ਅੱਜ ਇੱਥੇ ਪਹੁੰਚੇ ਹਾਂ। 2 ਅਗਸਤ ਨੂੰ ਜਿਹੜੇ ਪੰਜਾਬ ਦੇ ਸਕੂਲ ਸੀਗੇ, ਪੰਜਾਬ ਦੇ ਸਿੱਖਿਆ ਮੰਤਰੀ ਬਿਜਿੰਦਰ ਸਿੰਗਲਾ ਵੱਲੋਂ ਰੀਓਪਨ ਕਰ ਦਿੱਤੇ ਗਏ ਸੀਗੇ। ਕਾਫੀ ਲੰਬਾ ਸਮਾਂ ਜਿਹੜੇ ਸਕੂਲ ਆ ਉਹ ਕੋਵਿਡ ਦੇ ਮੱਦੇਨਜ਼ਰ ਬੰਦ ਰਹੇ ਹੈਗੇ। ਅੱਜ ਅਸੀਂ ਰਾਮਪੁਰਾ ਫੂਲ ਦੇ ਜੋ ਮੰਨੇ ਪ੍ਰਮੰਨੇ ਸਕੂਲ ਆ ਗਏ, CBSE ਐਫੀਲੇਟਡ ਸਕੂਲ, ਵੱਖ ਵੱਖ ਸਕੂਲਾਂ ਦਾ ਅੱਜ ਅਸੀਂ ਦੌਰਾ ਕਰਾਂਗੇ ਅਤੇ ਗਰਾਊਂਡ ਰਿਪੋਰਟ ਜਿਹੜੀ ਹੈਗੀ ਆ ਸਕੂਲਾਂ ਦੀ ਉਹ 'ਤੇ ਇੱਕ ਨਜ਼ਰ ਮਾਰਾਂਗੇ ਕਿ ਵਾਕਈ ਜਿਹੜਾ ਹੈਗਾ ਕੋਵਿਡ ਨਿਯਮਾਂ ਦੀਆਂ ਇਹਨਾਂ ਸਕੂਲਾਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਪਾਲਣਾ ਕੀਤੀ ਜਾਂਦੀ ਆ। ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਸਭ ਤੋਂ ਪਹਿਲਾਂ ਦੂਨ ਸੀਨੀਅਰ ਸੈਕੰਡਰੀ ਸਕੂਲ ਕਰਿਆੜ ਵਾਲਾ, ਜੋ ਕਿ CBSE ਐਫੀਲੇਟਡ ਸਕੂਲ ਆ। ਇਹਦੀ ਗਰਾਊਂਡ ਰਿਪੋਰਟ 'ਤੇ ਤੁਹਾਨੂੰ ਅੱਜ ਇੱਕ ਨਜ਼ਰ ਮਰਵਾਉਣੇ ਆ ਕਿ ਕੋਵਿਡ ਨਿਯਮਾਂ ਜਿਹੜੀ ਪਾਲਣਾ ਗਈ ਉਹ ਕਿਸ ਤਰੀਕੇ ਨਾਲ ਜਾਂ ਕਿੰਨੀ ਕੁ ਜਿਹੜੀ ਪਾਲਣਾ ਗਈ ਉਹ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਹੈਗੀ। ਸਭ ਤੋਂ ਪਹਿਲਾਂ ਜਿਹੜੀ ਨਜ਼ਰ ਮਰਵਾਉਣ ਲੱਗਾ ਤੁਹਾਨੂੰ ਰਿਸੈਪਸ਼ਨ ਦੀ, ਰਿਸੈਪਸ਼ਨ 'ਤੇ ਦੇਖਦੇ ਹਾਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਗਏ ਉਹ ਸਕੂਲ ਵੱਲੋਂ ਕੀਤੇ ਗਏ ਆ। ਮੈਡਮ, COVID-19 ਦੇ ਮੱਦੇਨਜ਼ਰ ਜਿਹੜੇ ਹੈਗੇ ਸੀ 2 ਅਗਸਤ ਤੋਂ ਰੀਓਪਨ ਸਕੂਲ ਕਰ ਦਿੱਤੇ ਗਏ ਸੀਗੇ, ਤੁਹਾਡੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈਗੀ ਆ ਗਾਈਡਲਾਈਨ ਦੀ ਪਾਲਣਾ ਤੁਹਾਡੇ ਵੱਲੋਂ ਕੀਤੀ? ਸਤਿ ਸ਼੍ਰੀ ਅਕਾਲ ਜੀ ਸਰ। ਐਕਚੁਲੀ ਅਸੀਂ ਰੂਲ ਦੇ ਅਕੋਰਡਿੰਗ ਸਾਰੇ ਫੋਲੋਸ ਕਰ ਰਹੇ ਹਾਂ ਰੂਲਸ, ਜਿਸ ਤਰ੍ਹਾਂ ਬੱਚਿਆਂ ਨੂੰ ਮਾਸਕ ਸੈਨੇਟਾਈਜ਼ਰ ਪ੍ਰੋਵਾਈਡ ਕੀਤਾ ਹੋਇਆ ਅਤੇ ਬੱਚੇ ਲੈ ਕੇ ਵੀ ਆ ਰਹੇ ਆ ਅਤੇ ਯੂਜ਼ ਵੀ ਕਰ ਰਹੇ ਆ ਸਰ, ਤਾਂ ਅਸੀਂ ਇਹ ਪੂਰੀ ਹਦਾਇਤਾਂ ਦਾ ਪਾਲਣਾ ਕਰ ਰਹੇ ਹਾਂ ਪ੍ਰੋਪਰ ਤਰੀਕੇ ਨਾਲ। ਦੇਖੋ, ਰਿਸੈਪਸ਼ਨ ਤੋਂ ਸ਼ੁਰੂਆਤ ਕੀਤੀ ਆ, ਰਿਸੈਪਸ਼ਨ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ 2 ਟੀਚਰ ਜਿਹੜੇ ਸੀਗੇ ਸਕੂਲ ਦੇ ਉਹ ਰਿਸੈਪਸ਼ਨ ਦੇ ਉੱਪਰ ਬੈਠੇ ਸੀਗੇ ਔਰ ਦੋਨਾਂ ਦੇ ਮਾਸਕ ਪ੍ਰੋਪਰ ਤਰੀਕੇ ਨਾਲ ਲੱਗੇ ਹੋਏ ਸੀਗੇ। ਹੁਣ ਕਲਾਸਰੂਮ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਲਾਸਰੂਮ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਆ, ਸੋਸ਼ਲ ਡਿਸਟੈਂਸ ਦੀ ਕਿੰਨੀ ਕੁ ਪਾਲਣਾ ਕੀਤੀ ਗਈ ਆ, ਬੱਚਿਆਂ ਦੇ ਮਾਸਕ ਲੱਗੇ ਆ ਜਾਂ ਨਹੀਂ ਲੱਗੇ, ਉਹ 'ਤੇ ਵੀ ਤੁਹਾਨੂੰ ਇੱਕ ਨਜ਼ਰ ਮਰਵਾਉਣੇ ਆ। UKG ਦਾ B ਸੈਕਸ਼ਨ ਆ, ਜਿੱਥੋਂ ਹੀ ਸ਼ੁਰੂਆਤ ਕਰਨ ਲੱਗਿਆ ਤੁਸੀਂ ਦੇਖ ਸਕਦੇ ਹੋ UKG B, ਇਹਦੇ ਅੰਦਰ ਜਾ ਕੇ ਦੇਖਦੇ ਹਾਂ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਹੈਗੇ ਉਹ ਪ੍ਰੋਪਰ ਤਰੀਕੇ ਨਾਲ ਕੀਤੇ ਗਏ ਆ ਕਿ ਨਹੀਂ ਕੀਤੇ ਗਏ। ਛੋਟੇ ਛੋਟੇ ਬੱਚੇ ਦੇਖੋ ਇਹ ਸਟੱਡੀ ਕਰ ਰਿਹਾ ਸਕੂਲ ਦੇ ਵਿੱਚ, ਹਰ ਇੱਕ ਬੱਚੇ ਦੇ ਉੱਪਰ ਜਿਹੜਾ ਫੇਸ ਦੇ ਉੱਪਰ ਮਾਸਕ ਲੱਗਿਆ ਪ੍ਰੋਪਰ ਤਰੀਕੇ ਦੇ ਨਾਲ। ਇੱਕ ਬੈਂਚ ਦੇ ਉੱਪਰ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਇੱਕੋ ਹੀ ਬੱਚਾ ਤੁਸੀਂ ਦੇਖ ਸਕਦੇ ਹੋ ਬੈਠਾ ਹੈਗਾ, ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਾਂ ਦੇਖ ਸਕਦੇ ਹਾਂ ਵੀ ਪ੍ਰੋਪਰ ਗਾਈਡਲਾਈਨ ਦੀ ਜਿਹੜੀ ਪਾਲਣਾ ਗੀ ਸ਼ੁਰੂਆਤ ਇੱਥੋਂ ਕੀਤੀ ਆ ਆਪਾਂ, ਔਰ ਪ੍ਰੋਪਰ ਤਰੀਕੇ ਨਾਲ ਜਿਹੜੇ ਬੱਚਿਆਂ ਦੇ ਮਾਸਕ ਲੱਗੇ ਹੋਏ ਆ, ਸੋਸ਼ਲ ਡਿਸਟੈਂਸ ਪ੍ਰੋਪਰ ਮੇਨਟੇਨ ਕੀਤਾ ਗਿਆ ਇਹਨਾਂ ਵੱਲੋਂ। UKG ਸੈਕਸ਼ਨ A, ਇਹਦੇ ਵਿੱਚ ਵੀ ਜਾ ਕੇ ਦੇਖਦੇ ਅੰਦਰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਗੇ ਹਾਲਾਤ ਆ ਗਏ। ਪ੍ਰੋਪਰ ਦੇਖੋ ਸੋਸ਼ਲ ਡਿਸਟੈਂਸ ਪ੍ਰੋਪਰ ਤਰੀਕੇ ਨਾਲ ਮੇਨਟੇਨ ਕੀਤਾ ਗਿਆ ਹੈਗਾ। ਇਸ ਕਲਾਸ ਦੇ ਵਿੱਚ ਵੀ ਇੱਕ ਬੈਂਚ ਦੇ ਉੱਪਰ ਸਿਰਫ ਇੱਕ ਬੱਚਾ, ਜੋ ਕਿ ਸਰਕਾਰ ਦੀਆਂ ਗਾਈਡਲਾਈਨਾਂ ਗੀ ਉਹਦੇ ਮੁਤਾਬਕ ਇੱਕੋ ਹੀ ਬੱਚਾ ਇੱਕ ਬੈਂਚ ਦੇ ਉੱਪਰ ਬੈਠਾ ਹੈਗਾ। ਪ੍ਰੋਪਰ ਹਰ ਇੱਕ ਬੱਚੇ ਦੇ ਜਿਹੜੇ ਮਾਸਕ ਆ ਉਹ ਲਗਾਏ ਗਏ ਹੈਗੇ। ਕਲਾਸ ਦੇ ਇੰਚਾਰਜ ਸਾਡੇ ਨਾਲ ਮੌਜੂਦ ਹੈਗੇ, ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਡਮ, ਪੰਜਾਬ ਸਰਕਾਰ ਵੱਲੋਂ 2 ਅਗਸਤ ਤੋਂ ਰੀਓਪਨ ਸਕੂਲਾਂ ਨੂੰ ਕਰ ਦਿੱਤਾ ਗਿਆ ਸੀਗਾ ਦੁਬਾਰੇ, ਕੁਝ ਗਾਈਡਲਾਈਨ ਵੀ ਉਹਨਾਂ ਵੱਲੋਂ ਦਿੱਤੀਆਂ ਗਈਆਂ ਸੀ ਕੋਵਿਡ ਦੇ ਮੱਦੇਨਜ਼ਰ, ਅਸੀਂ ਦੇਖਿਆ ਬੜਾ ਵਧੀਆ ਜਿਹੜਾ ਤੁਹਾਡਾ ਮੇਨਟੇਨ ਕੀਤਾ ਵਾ ਤੁਹਾਡੇ ਵੱਲੋਂ, ਕੀ ਕਹਿਣਾ ਸੁਣ? ਸਰ, ਇਹ ਤਾਂ ਕਰਨਾ ਹੀ ਸੀਗਾ ਐਕਚੁਅਲੀ, ਕਰੋਨਾ ਦੇ ਆਪਾਂ ਜੋ ਵੀ ਗਾਈਡਲਾਈਨਸ ਆ ਉਹ ਫੋਲੋ ਕਰਾਂਗੇ, ਉਸ ਦੇ ਅਕੋਰਡਿੰਗ ਬੱਚਿਆਂ ਦੀ ਮਤਲਬ ਸਟੱਡੀ ਦਾ ਨੁਕਸਾਨ ਵੀ ਨਹੀਂ ਹੋਊਗਾ ਐਂਡ ਬੱਚੇ ਮਤਲਬ ਸੁਰੱਖਿਅਤ ਵੀ ਹੈਗੇ ਆ। ਠੀਕ ਹੈ, ਹਾਂਜੀ, ਪ੍ਰੋਪਰ ਕਹਿੰਦੇ ਗਾਈਡਲਾਈਨ ਦੀ ਜਿਹੜੀ ਪਾਲਣਾ ਗੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਆ, ਔਰ ਇਹਦੇ ਨਾਲ ਜਿਹੜਾ ਬੱਚਿਆਂ ਦੀ ਸਟੱਡੀ ਆ ਉਹ ਵੀ ਵਧੀਆ ਤਰੀਕੇ ਨਾਲ ਹੋਊਗੀ ਔਰ ਬੱਚਿਆਂ ਦਾ ਜਿਹੜਾ ਭਵਿੱਖ ਆ ਆਉਣ ਵਾਲਾ ਉਹ ਵੀ ਉਜਵਲ ਹੋਊਗਾ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ, ਦੇਖੋ ਪ੍ਰੋਪਰ ਮੇਨਟੇਨ ਜਿਹੜਾ ਹੈਗਾ ਗਾ ਕੋਵਿਡ ਦੀਆਂ ਹਦਾਇਤਾਂ ਨੂੰ ਪ੍ਰੋਪਰ ਮੇਨਟੇਨ ਰੱਖਿਆ ਜਾ ਰਿਹਾ ਹੈਗਾ, ਗਾਈਡਲਾਈਨ ਦੀ ਪ੍ਰੋਪਰ ਤਰੀਕੇ ਨਾਲ ਪਾਲਣਾ ਕੀਤੀ ਗਈ ਹੈ। ਇਸ ਕਲਾਸ ਦੇ ਵਿੱਚ ਵੀ ਇੱਕ ਬੈਂਚ ਦੇ ਉੱਪਰ ਇੱਕ ਬੱਚਾ ਹੀ ਜਿਹੜਾ ਹੈਗਾ ਗਾ ਸਟੱਡੀ ਕਰ ਰਿਹਾ ਹੈਗਾ। ਛੋਟੇ ਛੋਟੇ ਬੱਚੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਗੀ ਉਹਦੀ ਪਾਲਣਾ ਕਰ ਰਹੇ ਆ, ਔਰ ਟੀਚਰਾਂ ਵੱਲੋਂ ਵੀ ਜਿਹੜਾ ਹੈਗਾ ਗਾ ਇਹਦਾ ਵਿਸ਼ੇਸ਼ ਸਹਿਯੋਗ ਆ ਇਸ ਚੀਜ਼ ਦੇ ਵਿੱਚ। ਬੜੇ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਜਿਹੜੇ ਪ੍ਰੋਪਰ ਮੇਨਟੇਨ ਆ, ਮਾਸਕ ਹਰ ਇੱਕ ਬੱਚੇ 'ਤੇ ਲੱਗਿਆ ਵਾ ਗਾ, ਪ੍ਰੋਪਰ ਗਾਈਡਲਾਈਨ ਜਿਹੜੀ ਪਾਲਣਾ ਗੀ ਉਹ ਸਕੂਲ ਪ੍ਰਬੰਧਕ ਵੱਲੋਂ ਕੀਤੀ ਜਾ ਰਹੀ ਹੈ।
ਦੂਨ ਸਕੂਲ ਦੇ ਵਿੱਚ ਇੱਕ ਅੱਜ ਐਨ ਸੀ ਸੀ ਜਿਹੜੀ ਯੂਨਿਟ ਹੈਗਾ ਜਾਂ ਆਪਾਂ ਕਹਿ ਸਕਦੇ ਵੀ ਨਵੇਂ ਬੱਚੇ ਜਿਹੜੇ ਉਹਨਾਂ ਦੀ ਇੱਕ ਉਹਨਾਂ ਨੂੰ ਗਾਈਡਲਾਈਨ ਦੇਣ ਦੇ ਲਈ ਸਾਡੇ ਨਾਲ ਕੁਝ ਮਿਲਟਰੀ ਦੇ ਅਧਿਕਾਰੀ ਵੀ ਮੌਜੂਦ ਆ ਕੇ ਤੁਸੀਂ ਦੇਖ ਸਕਦੇ ਹੋ ਪਿੱਛੇ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਐਨ ਸੀ ਸੀ ਦਾ ਇੱਕ ਜਿਹੜਾ ਬੱਚਿਆਂ ਦਾ ਪੂਰਾ ਯੂਨਿਟ ਹੈਗਾ ਉਹ ਬੈਠਾ ਹੈਗਾ ਔਰ ਫੌਜ ਦੇ ਕਾਫੀ ਅਧਿਕਾਰੀ ਜਿਹੜੇ ਹੈਗੇ ਆ ਇਹਨਾਂ ਨੂੰ ਕੁਝ ਗਾਈਡਲਾਈਨ ਦੇਣ ਦੇ ਵਾਸਤੇ ਜਾਂ ਆਪਾਂ ਟ੍ਰੇਨਿੰਗ ਦੇਣ ਦੇ ਵਾਸਤੇ ਕਈ ਕਹਿ ਸਕਦੇ ਹਾਂ ਕਿ ਪਹੁੰਚੇ ਵੇ ਆ ਸਾਡੇ ਨਾਲ ਮੌਜੂਦ ਹੈਗੇ ਮਿਲਟਰੀ ਦੇ ਇੱਕ ਸੀਨੀਅਰ ਅਧਿਕਾਰੀ ਅਜੇ ਢਿੱਲ ਜੀ। ਅਜੇ ਜੀ ਤੁਹਾਡੇ ਵੱਲੋਂ ਅੱਜ ਦੂਨ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਆ, ਕੀ ਪਰਪਜ਼ ਕੀ ਆ ਸਰ ਇਸ ਚੀਜ਼ ਦਾ? ये हर साल जब एकेडमिक ईयर नया शुरू होता है तो जिन स्कूल्स को एनसीसी अलॉटमेंट किया हुआ है उनके अंदर हर साल कुछ वैकेंसीज दी होती है हमने। जैसे आपके इस स्कूल के अंदर हमने 50 वैकेंसी है तो उसमें 30% गर्ल्स है बाकी बॉयज़ की है। तो अभी नए सेशन में नया बैच जो शुरू होगा एनसीसी का उनके बच्चों के लिए हम सिलेक्शन के लिए आते हैं। कुछ सिलेक्शन क्राइटेरिया होता है जो हमें ऊपर से एनसीसी हेडक्वार्टर है जो हमारा दिल्ली में वहाँ से हमें कुछ गाइडलाइंस के साथ कुछ क्राइटेरिया दिया है। उस क्राइटेरिया को मद्देनज़र रखते हुए अच्छे स्टूडेंट की कुछ फिजिकल क्वालिटीज होती हैं, कुछ उनके अच्छे कोई स्पोर्ट्स में अच्छा है, कोई करिकुलर एक्टिविटीज़ में अच्छा है, उसी हिसाब से उन बच्चों को वैकेंसीज फिलअप करने के लिए हम आए हुए हैं। और चर बठिंडा मानसा बरनाला और मुक्तसर डिस्ट्रिक्ट के जितने भी स्कूल हैं हमारे उन स्कूल सभी स्कूलों में ये अभी चल रहा है। ਇਹਨਾਂ ਦਾ ਕਹਿਣਾ ਕਿ ਹਰ ਸਾਲ ਜਦੋਂ ਇੱਕ ਨਵਾਂ ਸੈਸ਼ਨ ਸ਼ੁਰੂ ਹੁੰਦਾ ਤਾਂ ਇਹਨਾਂ ਵੱਲੋਂ ਇੱਕ ਵਿਸ਼ੇਸ਼ ਚੋਣ ਜਿਹੜੀ ਹੈਗੀ ਆ ਐਨ ਸੀ ਸੀ ਵਾਸਤੇ ਮਤਲਬ ਕਿ ਬੱਚਿਆਂ ਦੀ ਇੱਕ ਐਨ ਸੀ ਸੀ ਯੂਨਿਟ ਦੇ ਲਈ ਕੀਤੀ ਜਾਂਦੀ ਹੈਗੀ। ਉਸੇ ਦੇ ਰਿਗਾਰਡਿੰਗ ਹਰ ਸਾਲ ਇਹ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇੱਕ ਵਿਜ਼ਿਟ ਕਰਦੇ ਆ ਔਰ ਉਹਦੇ ਵਿੱਚੋਂ ਜਿਹੜੇ ਚੰਗੇ ਬੱਚੇ ਹੁੰਦੇ ਆ ਉਹਨਾਂ ਦੀ ਸਿਲੈਕਸ਼ਨ ਕਰਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਐਨ ਸੀ ਸੀ ਦੀ ਜਿਹੜੀ ਹੈਗੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਇਹ ਕਹਿਣਾ ਕਿ ਜੋ ਵੀ ਗਵਰਨਮੈਂਟ ਵੱਲੋਂ ਗਾਈਡਲਾਈਨਸ ਦਿੱਤੀਆਂ ਗਈਆਂ, ਪਿੱਛੇ ਜੇ ਸਾਡੀ SDM ਦੁਆਰਾ ਮੀਟਿੰਗ ਵੀ ਬੁਲਾਈ ਗਈ ਸੀ ਜਿਨ੍ਹਾਂ ਨੇ ਸਾਨੂੰ ਦੁਬਾਰਾ ਰਿਮਾਈਂਡ ਵੀ ਕਰਵਾਇਆ, ਅਤੇ ਉਹਦੇ ਅਕੋਰਡਿੰਗ ਅਸੀਂ ਸਾਰੇ ਹੀ ਗਾਈਡਲਾਈਨਸ ਦੀ ਬਿਲਕੁਲ ਇਨ ਬਿਨ ਪਾਲਣਾ ਵੀ ਕਰ ਰਹੇ ਹਾਂ। ਸਟੂਡੈਂਟਸ ਜਿਹੜੇ ਆ ਦੇ ਆਰ ਵੇਅਰਿੰਗ ਮਾਸਕ ਆਲਸੋ, ਦੇ ਆਰ ਕੈਰਿੰਗ ਦ ਸੈਨੇਟਾਈਜ਼ਰ ਆਲਸੋ ਅਲੋਂਗ, ਉਹਨਾਂ ਕੋਲ ਹੁੰਦਾ। ਔਰ ਮੋਰ ਓਵਰ ਅਸੀਂ ਬਾਹਰ ਵੀ ਜਿਹੜਾ ਹੈਂਡ ਸੈਨੇਟਾਈਜ਼ ਕਰਨ ਦੇ ਲਈ ਮਸ਼ੀਨ ਜਿਹੜੀ ਉਹ ਲਾ ਰੱਖੀ ਹੈ ਕਿ ਜਿਵੇਂ ਕੋਈ ਐਂਟਰ ਕਰੇ, ਐਂਡ ਇਹਨੂੰ ਪੂਰਾ ਬਣਾਇਆ ਵੀ ਗਿਆ। ਗੇਟ ਕੀਪਰ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਜਿਹੜਾ ਵੀ ਐਂਟਰ ਕਰਦਾ ਸਕੂਲ ਦੇ ਵਿੱਚ ਉਹਨੂੰ ਜਿਹੜਾ ਮਾਸਕ ਹੈ ਉਹ ਜ਼ਰੂਰ ਲੱਗਿਆ, ਜਿਹੜਾ ਉਹਨੂੰ ਯਕੀਨਨ ਬਣਾਵੇ। ਪਹਿਲੇ ਸਕੂਲ ਦੇ ਵਿੱਚ ਹੁਣ ਅਸੀਂ ਪਹੁੰਚ ਚੁੱਕੇ ਹਾਂ। ਗਲੋਬਲ ਡਿਸਕਵਰੀ ਸਕੂਲ ਦੇ ਨਾਂ ਦੇ ਨਾਲ ਇਹ ਸਕੂਲ ਜਾਣਿਆ ਜਾਂਦਾ ਹੈਗਾ। ਇਹ ਵੀ CBSE ਦਾ ਐਫੀਲੇਟਡ ਸਕੂਲ ਆ, ਟੋਪ ਦਾ ਸਕੂਲ ਆ ਸ਼ਹਿਰ ਦੇ ਸਕੂਲਾਂ ਦੇ ਵਿੱਚੋਂ। ਇਸ ਦੇ ਵੀ ਜਿਹੜੇ ਅੰਦਰ ਹਾਲਾਤ ਆ ਤੁਹਾਨੂੰ ਦਿਖਾਉਣ ਦੀ ਅੱਜ ਕੋਸ਼ਿਸ਼ ਕਰਾਂਗੇ, ਕਿਸ ਤਰ੍ਹਾਂ ਦੇ ਜਿਹੜੇ ਕੋਵਿਡ ਦੇ ਨਿਯਮਾਂ ਦੀ ਜਿਹੜੀ ਪਾਲਣਾ ਕੀਤੀ ਜਾਂਦੀ ਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੋਵਿਡ ਦੇ ਜ਼ਿਆਦਾ ਫੈਲਾਅ ਦੇ ਕਾਰਨ ਹਰ ਇੱਕ ਜਿਹੜਾ ਪਰਸਨ ਸੀਗਾ ਜਾਂ ਹਰ ਇੱਕ ਲੋਕ ਸੀ ਜਾਂ ਪਬਲਿਕ ਸੀਗੀ, ਹਰ ਇੱਕ ਬੰਦੇ ਦੇ ਵਿੱਚ ਇੱਕ ਮਨ ਦੇ ਵਿੱਚ ਇੱਕ ਭੈ ਸੀਗਾ, ਇੱਕ ਡਰ ਸੀਗਾ ਕੋਵਿਡ ਨੂੰ ਲੈ ਕੇ। ਹੁਣ ਹਾਲਾਤ ਕੁਝ ਨੋਰਮਲ ਹੋਣੇ ਸ਼ੁਰੂ ਹੋਏ ਆ ਔਰ ਅੱਜ ਅਸੀਂ ਸਕੂਲਾਂ ਦੀ ਵੇਟ ਕਰ ਰਹੇ ਹਾਂ ਕਿ ਸਕੂਲ ਜਿਹੜੇ ਸੀਗੇ 2 ਅਗਸਤ ਤੋਂ ਸਕੂਲ ਵੀ ਰੀਓਪਨ ਕਰ ਦਿੱਤੇ ਗਏ ਸੀ ਪੰਜਾਬ ਸਰਕਾਰ ਵੱਲੋਂ। ਗਾਈਡਲਾਈਨ ਦੀ ਕਿੰਨੀ ਕੁ ਪਾਲਣਾ ਸਕੂਲਾਂ ਵੱਲੋਂ ਕੀਤੀ ਜਾਂਦੀ ਹੈ ਅੱਜ ਗਰਾਊਂਡ ਰਿਪੋਰਟ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ। ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਦਾ ਜਿਹੜਾ ਹੈਗਾ ਇਹ ਤੁਹਾਨੂੰ ਬਾਹਰਲਾ ਜਿਹੜਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪ੍ਰੋਪਰ ਲੱਗ ਰਿਹਾ ਵੀ ਪ੍ਰੋਪਰ ਜਿਹੜੀਆਂ ਕਲਾਸਾਂ ਗੀਆਂ ਉਹ ਲੱਗ ਰਹੀਆਂ ਗੀਆਂ, ਕੋਈ ਵੀ ਜਿਹੜਾ ਵਿਦਿਆਰਥੀ ਆ ਉਹ ਬਾਹਰ ਦਿਖਾਈ ਨਹੀਂ ਦੇ ਰਿਹਾ। ਅਸੀਂ ਬਿਲਕੁਲ ਇਸ ਟਾਈਮ ਜਿਹੜਾ ਹੈਗਾ ਕਲਾਸਰੂਮ ਦੇ ਅੱਗੇ ਖੜ੍ਹੇ ਹਾਂਗੇ, ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਵੀ ਕਲਾਸਰੂਮ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਪੁਖਤਾ ਪ੍ਰਬੰਧ ਹੈਗੇ ਉਹ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਗਏ ਹੈਗੇ, ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਗੌਰਮੈਂਟ ਦੀਆਂ ਪੰਜਾਬ ਸਰਕਾਰ ਦੀਆਂ ਉਹਦੀ ਕਿੰਨੀ ਕੁ ਪਾਲਣਾ ਹੋ ਰਹੀ ਆ, ਇਸ ਸਕੂਲ ਦੀ ਜਿਹੜੀ ਗਰਾਊਂਡ ਰਿਪੋਰਟ ਆ ਉਹ 'ਤੇ ਵੀ ਤੁਹਾਨੂੰ ਇੱਕ ਨਜ਼ਰ ਮਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। 10th A ਦੇ ਵਿੱਚ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂਗੇ, ਕਾਫੀ ਹਾਇਰ ਕਲਾਸਿਸ ਆ ਅੰਦਰੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਹੈਗੇ ਉਹ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਗਏ ਆ। ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ 10th A। ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਜਿਹੜਾ ਹੈਗਾ ਕਿ ਕੋਵਿਡ ਨਿਯਮਾਂ ਦੀ ਜਿਹੜੀ ਪ੍ਰੋਪਰ ਮੇਨਟੇਨ ਕੋਵਿਡ ਨਿਯਮਾਂ ਨੂੰ ਕੀਤਾ ਗਿਆ ਹੈਗਾ, ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪ੍ਰੋਪਰ ਪਾਲਣਾ ਕੀਤੀ ਗਈ ਆ। CBSE ਐਫੀਲੇਟਡ ਸਕੂਲ ਆ ਇਹ ਔਰ ਕਾਫੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੰਨਿਆ ਪ੍ਰਮੰਨਿਆ ਸ਼ਹਿਰ ਦਾ ਇਹਨੂੰ ਸਕੂਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਗਲੋਬਲ ਡਿਸਕਵਰੀ ਸਕੂਲ ਜਿਹੜਾ ਹੈਗਾ ਗਾ, ਗਲੋਬਲ ਡਿਸਕਵਰੀ ਸਕੂਲ ਦੇ 10th A ਦੇ ਵਿੱਚ ਕਲਾਸਰੂਮ ਦੇ ਵਿੱਚ ਇਸ ਟਾਈਮ ਅਸੀਂ ਬੱਚਿਆਂ ਨੂੰ ਦੇਖ ਰਹੇ ਹਾਂ। ਹਰ ਇੱਕ ਬੈਂਚ ਦੇ ਉੱਪਰ ਤਕਰੀਬਨ ਇੱਕ ਬੱਚਾ ਜਿਹੜਾ ਹੈਗਾ ਗਾ ਉਹ ਸਟੱਡੀ ਕਰ ਰਿਹਾ ਹੈਗਾ। ਪ੍ਰੋਪਰ ਜਿਹੜੀ ਮੇਨਟੇਨ ਆ ਕੋਵਿਡ ਨਿਯਮਾਂ ਨੂੰ ਕੀਤਾ ਗਿਆ ਹੈਗਾ। ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੇਟੇ ਵਾਟ ਇਜ਼ ਯੂਅਰ ਨੇਮ? ਸਰ ਜੈਸਮੀਨ ਕੌਰ। ਜੈਸਮੀਨ ਕੌਰ,
ਬੇਟੇ ਕਿਸ ਤਰ੍ਹਾਂ ਦੇ ਜਿਹੜੇ ਕੋਵਿਡ ਦੀਆਂ ਹਦਾਇਤਾਂ ਦੀ ਤੁਹਾਡੇ ਸਕੂਲ ਦੇ ਵਿੱਚ ਪਾਲਣਾ ਕੀਤੀ ਜਾ ਰਹੀ ਹੈ? ਕੋਵਿਡ ਨੂੰ ਲੈ ਕੇ ਕਾਫੀ ਡਰ ਸੀ ਪਹਿਲਾਂ ਬੱਚਿਆਂ ਦੇ ਵਿੱਚ, ਰੀਓਪਨ ਹੋਇਆ ਸਕੂਲ ਹੁਣ ਦੁਬਾਰੇ, ਕਿਸ ਤਰ੍ਹਾਂ ਵੇਖਦੇ ਹੋ? Sir, in our school, all the guidelines are followed by students. All are wearing masks, sanitizing our hands and properly, and sitting only on one bench. ਕਹਿੰਦੇ ਪ੍ਰੋਪਰ ਜਿਹੜਾ ਹੈਗਾ ਗਾ ਇਕੱਲੇ ਇਕੱਲੇ ਬੱਚਿਆਂ ਨੂੰ ਜਿਹੜਾ ਪ੍ਰੋਪਰ ਇੱਕ ਬੈਂਚ ਦੇ ਉੱਪਰ ਇੱਕ ਬੱਚੇ ਨੂੰ ਬਿਠਾਇਆ ਜਾਂਦਾ ਹੈਗਾ, ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਸਕੂਲ ਦੇ ਵਿੱਚ, ਪ੍ਰੋਪਰ ਜੋ ਗਾਈਡਲਾਈਨ ਆ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ। ਹੋਰ ਵੀ ਇੱਕ ਦੋ ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਾਈ ਨੇਮ ਇਜ਼ ਅੰਸ਼ਪ੍ਰੀਤ ਕੌਰ। ਬੇਟਾ ਤੁਸੀਂ 10th A ਦੇ ਵਿੱਚ ਸਟੂਡੈਂਟ ਹੋ, ਕਿਸ ਤਰ੍ਹਾਂ ਦੀ ਜਿਹੜੀ ਪਾਲਣਾ ਗਾਈਡਲਾਈਨ ਆ ਉਹ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਜਾਂਦੀ ਆ? ਕੀ ਕਹਿਣਾ? ਵੀ ਆਰ ਕਮਿੰਗ ਇਨ ਸਕੂਲ ਇਨ ਰੈਗੂਲਰ ਬੇਸਿਸ ਐਂਡ ਵੀ ਆਰ ਵੇਅਰਿੰਗ ਮਾਸਕ and taking our own water bottles and lunch boxes and maintaining our distance from others, and we are not sharing our lunches as well as in vans also we are maintaining the distance. ਬੇਟੇ ਜੀ ਜਿਸ ਤਰ੍ਹਾਂ ਕਾਫੀ ਟਾਈਮ ਜਿਹੜਾ ਲੰਬਾ ਸਮਾਂ ਸਕੂਲ ਬੰਦ ਰਹੇ ਹੈਗੇ, ਆਨਲਾਈਨ ਪੜ੍ਹਾਈ ਵੀ ਚੱਲਦੀ ਰਹੀ ਆ, ਆਨਲਾਈਨ ਪੜ੍ਹਾਈ ਨੂੰ ਆਫਲਾਈਨ ਨਾਲੋਂ ਦੋਨਾਂ ਦੇ ਵਿੱਚ ਤੁਸੀਂ ਕਿਸ ਨੂੰ ਬਿਹਤਰ ਸਮਝਦੇ? ਆਫਲਾਈਨ ਇਜ਼ ਬੈਟਰ ਦੈਨ ਆਨਲਾਈਨ ਬਿਕੋਜ਼ ਵੀ ਕੈਨ ask our doubts in offline classes, so online classes are good but we cannot ask our doubts that way. ਕਾਫੀ ਲੰਬਾ ਸਮਾਂ ਜਿਹੜੇ ਸਕੂਲ ਆ ਉਹ ਬੰਦ ਰਹੇ ਹੈਗੇ, ਆਨਲਾਈਨ ਪੜ੍ਹਾਈ ਜ਼ਰੂਰ ਹੁੰਦੀ ਰਹੀ ਹੈ ਸਕੂਲਾਂ ਦੇ ਵਿੱਚ, ਪਰ ਜਿਹੜੇ ਬੱਚੇ ਹੈਗੇ ਉਹ ਆਫਲਾਈਨ ਸਟੱਡੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਹੈਗੇ, ਔਰ ਆਫਲਾਈਨ ਸਟੱਡੀ ਉਹ ਕਹਿੰਦੇ ਜ਼ਿਆਦਾ ਬਿਹਤਰ ਆ ਜੀ ਰਿਗਾਰਡਿੰਗ ਆਨਲਾਈਨ ਸਟੱਡੀਜ਼। ਇਸ ਇਹ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਗਲੋਬਲ ਡਿਸਕਵਰੀ ਸਕੂਲ ਦੀਆਂ, 10th A ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹਾਂਗੇ। ਬੜਾ ਵਧੀਆ ਸੋਸ਼ਲ ਡਿਸਟੈਂਸ ਜਿਹੜਾ ਹੈਗਾ ਸਕੂਲ ਪ੍ਰਬੰਧਕਾਂ ਵੱਲੋਂ ਮੇਨਟੇਨ ਕਰਵਾਇਆ ਗਿਆ, ਟੀਚਰਾਂ ਦਾ ਵਿਸ਼ੇਸ਼ ਜਿਹੜਾ ਇਹਦੇ ਵਿੱਚ ਸਹਿਯੋਗ ਆ। ਜਿਵੇਂ ਕਿ ਤੁਹਾਨੂੰ ਪਹਿਲਾਂ ਦਿਖਾਇਆ ਕਿ 10th ਦੇ ਵਿੱਚ ਆਪਾਂ ਇੱਕ ਵੇਸਟ ਕੀਤਾ ਸੀ, 10th ਕਲਾਸ ਦਾ ਰੂਮ ਸੀਗਾ, ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਮੇਨਟੇਨ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਸਕੂਲ ਪ੍ਰਬੰਧਕਾਂ ਵੱਲੋਂ। ਛੋਟੇ ਬੱਚਿਆਂ ਦੇ ਵਿੱਚ ਵੀ ਇੱਕ ਨਜ਼ਰ ਤੁਹਾਨੂੰ ਮਰਵਾਉਣ ਦੀ ਕੋਸ਼ਿਸ਼ ਕਰਦੇ ਹਾਂਗੇ, 2nd B ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਕਿਸ ਤਰ੍ਹਾਂ ਜਿਹੜੇ ਹੈਗੇ ਕੋਵਿਡ ਦੇ ਮੱਦੇਨਜ਼ਰ ਜਿਹੜੇ ਪ੍ਰਬੰਧ ਕੀਤੇ ਗਏ ਹੈਗੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪ੍ਰੋਪਰ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕੀਤਾ ਗਿਆ ਹੈਗਾ, ਇੱਕ ਟੇਬਲ ਦੇ ਉੱਪਰ ਤਕਰੀਬਨ ਇੱਕ ਬੱਚਾ ਹੀ ਜਿਹੜਾ ਬੈਠਾ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ। ਫੁੱਲੀ ਜਿਹੜਾ ਏਅਰ ਕੰਡੀਸ਼ਨ ਸਕੂਲ ਦੇ ਨਾਂ ਦੇ ਨਾਲ ਇਹ ਜਾਣਿਆ ਜਾਂਦਾ ਹੈਗਾ। ਪੁਖਤਾ ਪ੍ਰਬੰਧ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਗਏ ਹੈਗੇ, ਪ੍ਰੋਪਰ ਮਾਸਕ ਦੀ ਜਿਹੜੀ ਵਰਤੋਂ ਕੀਤੀ ਗਈ ਆ, ਪ੍ਰੋਪਰ ਸੋਸ਼ਲ ਡਿਸਟੈਂਸ ਦੀ ਵਰਤੋਂ ਕੀਤੀ ਗਈ ਆ। ਸਾਡੇ ਨਾਲ ਸਕੂਲ ਦੇ ਇੱਕ ਜੋ ਸੀਨੀਅਰ ਟੀਚਰ ਆ ਉਹ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਮੈਡਮ। ਮੈਡਮ ਅੱਜ ਤੁਹਾਡੇ ਸਕੂਲ ਦੇ ਵਿੱਚ ਅਸੀਂ ਵਿਜ਼ਿਟ ਕੀਤੀ, ਕੋਵਿਡ ਦੇ ਰਿਲੇਟਡ ਕਾਫੀ ਕੁਛ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਵੱਲੋਂ ਮੇਨਟੇਨ ਕੀਤਾ ਹੈਗਾ, ਪੂਰਾ ਜੋ ਸਰਕਾਰ ਦੀਆਂ ਗਾਈਡਲਾਈਨ ਉਹਦੀ ਪਾਲਣਾ ਵੀ ਕੀਤੀ ਗਈ ਆ, ਇਸ ਨੂੰ ਲੈ ਕੇ ਕੀ ਕਹਿਣਾ ਤੁਹਾਡਾ? ਸਰ, ਅਸੀਂ ਇਹ ਵਾਲੀਆਂ ਜਿਹੜੀਆਂ ਚੈਕਿੰਗ ਹੈ ਸਰ ਰੈਗੂਲਰ ਬੇਸਿਸ 'ਤੇ ਕਰ ਰਹੇ ਹਾਂ ਸਟੂਡੈਂਟਸ ਦੇ ਨਾਲ, ਕਿ ਹਰ ਸਟੂਡੈਂਟ ਕੋਲ ਆਪਣੀ ਵਾਟਰ ਬੋਟਲ ਹੋਣੀ ਚਾਹੀਦੀ ਹੈ, ਹਰ ਸਟੂਡੈਂਟ ਦੇ ਪਾਸ ਆਪਣੇ ਮਾਸਕ ਹੋਣੇ ਚਾਹੀਦੇ ਹੈ, ਆਪਣੇ ਸਰ ਐਵਰੀ ਡੇ ਉਹਨਾਂ ਦੀ ਡਾਇਰੀ 'ਤੇ ਇੱਕ ਚੈੱਕਲਿਸਟ ਪੇਸਟ ਕੀਤੀ ਜਾਂਦੀ ਹੈ ਜਿਸ ਨੂੰ ਟੀਚਰਸ ਰੈਗੂਲਰ ਡੇ 'ਤੇ ਚੈੱਕ ਕਰਦਾ ਕਿ ਕਿਸ ਕਿਸ ਸਟੂਡੈਂਟਸ ਦੇ ਪਾਸ ਕਿਹੜੀ ਕਿਹੜੀ ਚੀਜ਼ ਹੈ। ਈਵਨ ਅਸੀਂ ਸਟੂਡੈਂਟਸ ਨੂੰ ਆਪਣੀ ਸੈਨੀਟਾਈਜ਼ਰਸ ਬੋਟਲਸ ਲਿਆਉਣ ਲਈ, ਵਾਟਰ ਬੋਟਲਸ, ਲੰਚ ਬੋਕਸ ਲਿਆਉਣ ਲਈ ਐਵਰੀ ਚੀਜ਼ ਮੈਂਡੇਟਰੀ ਕੀਤੀ ਹੋਈ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਸਰ, ਹਰ ਇੱਕ ਬੈਂਚ 'ਤੇ ਇੱਕ ਹੀ ਸਟੂਡੈਂਟ ਬੈਠਾ ਹੋਇਆ ਸਰ, 2 ਸਟੂਡੈਂਟਸ ਨੂੰ ਅਲਾਊਡ ਨਹੀਂ ਹੈ, ਐਂਡ ਇਹ ਸੇਮ ਪ੍ਰੈਕਟਿਸ ਸਰ ਫੁੱਲ ਡੇ ਫੋਲੋ ਹੁੰਦੀ ਹੈ ਟੀਚਰਸ ਦੇ ਥਰੂ ਐਂਡ ਸਟ੍ਰਿਕਟਲੀ ਫੋਲੋ ਹੋ ਰਹੀ ਹੈ ਸਰ। ਅਸੀਂ ਸਾਰੀਆਂ ਕੋਵਿਡ ਗਾਈਡਲਾਈਨਸ ਜੋ ਕਿ ਗਵਰਨਮੈਂਟ ਦੀ ਤਰਫ ਤੋਂ ਅਲਾਊਡ ਕੀਤੀਆਂ ਗਈਆਂ ਸਰ, ਫੁੱਲੀ ਉਹਨਾਂ ਨੂੰ ਸਕੂਲ ਦੇ ਵਿੱਚ ਮੈਂਡੇਟਰੀ ਕੀਤੀਆਂ ਹੋਈਆਂ ਔਰ ਫੋਲੋ ਵੀ ਕਰ ਰਹੇ ਹਾਂ ਸਰ। ਮੈਡਮ ਜਿਸ ਤਰ੍ਹਾਂ ਕੋਵਿਡ ਦੇ ਜਦੋਂ ਕਾਫੀ ਪੀਕ 'ਤੇ ਸੀਗਾ ਉਦੋਂ ਕਾਫੀ ਬੱਚਿਆਂ ਦੇ ਵਿੱਚ ਵੀ ਡਰ ਸੀ, ਪੇਰੈਂਟਸ ਦੇ ਵਿੱਚ ਵੀ ਕਾਫੀ ਡਰ ਸੀਗਾ, ਔਰ ਆਨਲਾਈਨ ਕਾਫੀ ਲੰਬਾ ਸਮਾਂ ਜਿਹੜੀਆਂ ਕਲਾਸਾਂ ਚੱਲਦੀਆਂ ਰਹੀਆਂ, ਹੁਣ ਜਿਹੜੇ ਸਕੂਲ ਆ 2 ਅਗਸਤ 'ਤੇ ਰੀਓਪਨ ਹੋ ਗਏ ਸੀਗੇ ਔਰ ਆਫਲਾਈਨ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ, ਹੁਣ ਵੀ ਕੋਈ ਕਿਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਭੈਅ ਹੈ ਬੱਚਿਆਂ ਦੇ ਵਿੱਚ? ਨਹੀਂ ਜੀ, ਨਹੀਂ ਬਿਲਕੁਲ, ਸਕੂਲ ਦੇ ਵਿੱਚ ਐਸੀ ਕੋਈ ਨਹੀਂ ਹੈ ਸਰ। ਜੋ ਪੇਰੈਂਟਸ ਹਲੇ ਭੇਜਣ ਤੋਂ ਹਲੇ ਵੀ ਡਰ ਰਹੇ, ਇਹ ਉਹਨਾਂ ਨੂੰ ਵੀ ਮੈਸੇਜ ਹੈ ਸਾਡੀ ਤਰਫ ਤੋਂ ਕਿ ਤੁਸੀਂ ਆਪਣੇ ਸਟੂਡੈਂਟਸ ਨੂੰ ਸਕੂਲ ਭੇਜਣਾ ਸਟਾਰਟ ਕਰੋ, ਕਿਉਂਕਿ ਸਰ ਪੂਰੀ ਗਾਈਡਲਾਈਨ ਸਕੂਲ ਦੇ ਵਿੱਚ ਫੋਲੋ ਹੋ ਰਹੀ ਹੈ। ਈਵਨ ਜੇ ਤੁਸੀਂ ਚੈੱਕ ਕੀਤਾ ਹੋਏਗਾ, ਐਵਰੀ ਡੇ ਅਸੀਂ ਟੈਂਪਰੇਚਰ ਚੈੱਕ ਕਰ ਰਹੇ ਹਾਂ ਸਟੂਡੈਂਟਸ ਦਾ, ਅਸੀਂ ਸਕੂਲ ਦੀ ਐਂਟਰੀ 'ਤੇ ਹੀ ਸੈਨੀਟਾਈਜ਼ਰ ਰਿਪਲੇਸ ਕੀਤੇ ਹੋਏ ਹੈ ਵੀ ਜੋ ਵੀ ਸਟੂਡੈਂਟ ਉੱਥੋਂ ਐਂਟਰ ਕਰਦੇ ਆ ਪਹਿਲੇ ਆਪਣਾ ਹੈਂਡ ਸੈਨੀਟਾਈਜ਼ ਕਰਨਗੇ, ਫਿਰ ਉਹ ਐਂਟਰ ਕਰਦੇ ਆ ਸਰ ਕਲਾਸਿਸ ਦੇ ਵਿੱਚ, ਐਂਡ ਸਰ ਸੇਮ ਗਾਈਡਲਾਈਨਸ ਕਲਾਸਿਸ ਦੇ ਵਿੱਚ ਵੀ ਫੋਲੋ ਹੋ ਰਹੀ ਹੈ। ਔਰ ਇਹ ਮੇਰਾ ਮੈਸੇਜ ਹੀ ਹੈ ਪੇਰੈਂਟਸ ਨੂੰ ਕਿ ਅਗਰ ਉਹਨਾਂ ਦੇ ਦਿਲ ਦੇ ਵਿੱਚ ਹਲੇ ਵੀ ਇਹ ਵਾਲਾ ਡਰ ਹੈ ਤਾਂ ਪਲੀਜ਼ ਉਹ ਰਿਮੂਵ ਕਰਨ, ਆਪਣੇ ਬੱਚਿਆਂ ਦੇ ਫਿਊਚਰ ਨੂੰ ਦੇਖਣ ਸਰ, ਉਹਨਾਂ ਨੂੰ ਭੇਜਣਾ ਸਟਾਰਟ ਕਰਨ, ਬਿਕੋਜ਼ ਕਿਤੇ ਨਾ ਕਿਤੇ ਬੱਚਿਆਂ ਦਾ ਇੱਕ ਬੇਸ ਜੋ ਹੈ ਨਾ ਉਹ ਖਰਾਬ ਹੋ ਰਿਹਾ ਸਰ।
एंड सर असं फुली हूँ टीचर्स भी साढ़े डेडिकेट ने देखो सर ईवन अगर स्ट्रेंथ भी काटे ना सर सराफ एजुबिकन स्कूल दे जो स्ट्रेंथ है टीचर्स की सर फुली स्ट्रेंथ है तो सर टीचर्स भी फुल ग्रेड इतने हायर किए हुए हैं साड़ी टी पेरेंट्स भी यही रिक्वेस्ट है हूँ बच्चों स्कूल भेजन सर उन्हों का सो दैट और पुराने तरीके उन्हों का बेस स्टार्ट किया जाए जो अपनी स्कूल स्टडीज़ को कंटिन्यू करन सर बिकॉज ऑनलाइन आई थिंक वो सर मज़ा भी नहीं आता टीचर आई थिंक बच्चे भी उदा नहीं पढ़ पाते जिमें टीचर पढ़ाना चाहते हैं सर उन्होंने मैडम का कहना कि बड़े वधिया तरीके दे नाल जिहड़ा हैगा प्रोपर स्कूल मेनटेन किया गया है कोविड का जिहड़ा भय आ वो लोगों मन दे विचों कढ़ना चाहीदा क्योंकि जिहड़ी ऑफलाइन स्टडी आ वह बहुत ज़्यादा बेहतर आ और प्रोपर गाइडलाइन जिहड़ी पालना स्कूल प्रबंधकों वल्लों कराई जा रही है इन्हां वल्लों एक मैसेज भी दिता गया पेरेंट्स नूं भी जल्दी तों जल्दी जो बच्चे इस टाइम ऑफलाइन क्लासेज नहीं ला रहे ऑफलाइन क्लासेज स्टार्ट करन और प्रोपर जिहड़ा हैगा टैंपरेचर भी जिहड़ा बच्चा कल्ले कल्ले बच्चे स्कूल दे वल्लों प्रबंधकों वल्लों चैक किया जाता है सोशल डिस्टेंस दी भी प्रोपर तरीके पालना करवाई जाती है और मास्क जिहड़ा कि जरूरी है आप कह सकते हैं कोविड के प्रभाव के मद्देनज़र हर एक बच्चे का जिहड़ा मास्क वह भी इन्हां वल्लों लगवाया गया है जे अगर आप कुल मिला के देखिए तो जिहड़ा स्कूल आ स्कूल वल्लों बड़े बेहतर तरीके दे नाल जिवें आप कह सकते हैं कोविड के नियमों की पंजाब सरकार की गाइडलाइन जिहड़ी हैगी उह पालना प्रोपर तरीके नाल की गई है। इस टाइम असीं पहुँच चुके हैं माउंट लिटरा जी स्कूल रामपुरा फूल जो कि यह भी काफ़ी मनिया परमनिया स्कूल आ शहर का CBSE एफिलेटड आ तुहानू अंदर जाके जिहड़ी हैगी आ इहदी भी ग्राउंड रिपोर्ट दिखाउण दी कोशिश करांगे कि कोविड नियमां दीआं किस तरीके दे नाल स्कूल वल्लों पालना की जाती है किस तरह सोशल डिस्टेंस जिहड़ा उहनू प्रोपर तरीके नाल मेनटेन किया जाता तुहानू अंदर लैके चलदे आ माउंट लिटरा जी स्कूल रामपुरा फूल तुसीं देख सकदे हो माउंट लिटरा जी स्कूल रामपुरा फूल जिहदे अंदर असीं पहुँच चुके हाँ दिखाने तुहानू किस तरह जिहड़ा हैगा स्कूल नू प्रोपर तरीके नाल मेनटेन किया गया सोशल डिस्टेंस की कितनी पालना करवाई गई है बच्चों के मास्क लगे है या नहीं लगे इहदियां तस्वीर भी तुहाडे नाल स्कूल दीआं सांझीआं करन की कोशिश करांगे। ये एंट्री गेट आ जिथों जिहड़ा हैगा गा बच्चों की एंट्री हुंदी आ और एंट्री के उपर ही तुसीं देख सकते हो कि जिहड़ा प्रोपर सैनीटाइज करन वास्ते बच्चों के हैंड वाश करन वास्ते इन्हां वल्लों एक प्रोपर ऑटोमैटिक सैनीटाइज सिस्टम जिहड़ा हैगा लगाया गया है तुहानू रूम दे विच भी लैके चलदे अंदरों रूम दीआं कुछ तस्वीरां भी तुहाडे नाल सांझीआं करांगे कि किस तरह जिहड़े हैगी आ गाइडलाइन दी हदायतां दी जां आपां कह सकदे पंजाब सरकार दी हदायतां दी पालना स्कूल वल्लों कीती जांदी आ। फस्ट क्लास आ इह अंदरों दिखाउण दी कोशिश करदे आ किस तरह जिहड़े हैगे प्रबंध कीते गए आ स्कूल वल्लों तुसीं देख सकदे हो अंदर असीं एंटर कर चुके हैं हर एक बच्चे दे प्रोपर जिहड़ा हैगा मास्क की वरतों की गई है प्रोपर सोशल डिस्टेंस जिहड़ा हैगा बनाई रखा है सोशल डिस्टेंस की पूरे जिहड़ी गाइडलाइन आ पंजाब सरकार दी पालना की गई है टीचर भी साडे नाल मौजूद आ इन्हां नाल भी गल करन की कोशिश करांगे। सति श्री अकाल जी मैडम तुहाडे स्कूल दे विच असीं देखिया बड़े वधिया तरीके नाल जिहड़ा हैगा मेनटेन किया गया है प्रोपर सोशल डिस्टेंस की पालना की गई है हर एक बच्चे दे मास्क भी लग्या हुआ है की कहना तुहाडा सर जदों सवेरे स्कूले आते हैं बच्चे वैन द स्टूडेंट केम टू द स्कूल वी सैनिटाइज्ड एट द स्टार्टिंग सब तो पहला असी उन्होंने हैंड सैनिटाइज करवाने ठीक है दैन वो स्कूल दे विच एंटर होंगे ने टैंपरेचर डेली बेसिस पे सर चेक होंगे उन्होंने राइट से प्रॉपर सैनिटाइजेशन आफ्टर सम टाइम वी से दैम दैट सैनिटाइज योर हैंड इफ दे टच समथिंग वी इंस्ट्रक्ट दैम टू सैनिटाइज देयर हैंड so they proper instructions given by the government are followed by the school right thank you ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਵਿਖਾ ਚੁੱਕੇ ਹਾਂ ਕਿ ਜਦੋਂ ਮੇਨ ਐਂਟਰੀ ਹੁੰਦੀ ਹੈ ਬੱਚਿਆਂ ਦੀ ਉੱਥੇ ਪ੍ਰੋਪਰ ਜਿਹੜਾ ਹੈਗਾ ਬੱਚਿਆਂ ਦੇ ਜਿਹੜੇ ਹੈਂਡ ਆ ਉਹਨਾਂ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਪ੍ਰੋਪਰ ਸੋਸ਼ਲ ਡਿਸਟੈਂਸ ਜਿਹੜੀ ਹੈਗੀ ਆ ਪ੍ਰਬੰਧਕਾਂ ਵੱਲੋਂ ਪਾਲਣਾ ਕਰਵਾਈ ਜਾ ਰਹੀ ਆ ਹਰ ਇੱਕ ਬੱਚੇ ਦੇ ਫੇਸ ਦੇ ਉੱਪਰ ਮਾਸਕ ਲੱਗਿਆ ਵਾ ਹਾਲਾਂਕਿ ਜੇ ਆਪਾਂ ਦੇਖੀਏ ਥੋੜ੍ਹੀ ਜਿਹੀ ਗਰਮੀ ਵੀ ਹੈ ਪਰ ਜੇ ਇਹ ਪੂਰੀ ਤਰ੍ਹਾਂ ਜਿਹੜਾ ਹੈਗਾ ਗਾ ਫੁੱਲੀ AC ਆ ਸਕੂਲ ਪ੍ਰੋਪਰ ਗਾਈਡਲਾਈਨ ਦੀ ਪਾਲਣਾ ਪੰਜਾਬ ਸਰਕਾਰ ਨੇ ਜੋ ਗਾਈਡਲਾਈਨ ਦਿੱਤੀਆਂ ਸੀਗੀਆਂ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਉਹਦੀ ਪਾਲਣਾ ਜਿਹੜੀ ਹੈਗੀ ਆ ਪ੍ਰੋਪਰ ਤਰੀਕੇ ਨਾਲ ਕਰਵਾਈ ਜਾ ਰਹੀ ਹੈ। ਇਹ ਵੀ ਫਸਟ ਕਲਾਸ ਆ ਤੁਸੀਂ ਦੇਖ ਸਕਦੇ ਹੋ ਗ੍ਰੇਡ ਫਸਟ ਸੀ ਇਹਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕਰਦੇ ਹਾਂ ਅੰਦਰ ਦਿਖਾਉਣਾ ਤੁਹਾਨੂੰ ਇਹਦੀਆਂ ਕੁਝ ਤਸਵੀਰਾਂ ਦੇਖੋ ਪ੍ਰੋਪਰ ਜਿਹੜਾ ਹੈਗਾ ਮਾਸਕ ਦੀ ਵਰਤੋਂ ਇੱਥੇ ਇਸ ਕਲਾਸ ਦੇ ਵਿੱਚ ਵੀ ਕੀਤੀ ਗਈ ਹੈਗੀ ਪ੍ਰੋਪਰ ਸੋਸ਼ਲ ਡਿਸਟੈਂਸ ਜਿਹੜਾ ਉਹਦੀ ਪਾਲਣਾ ਕੀਤੀ ਜਾ ਰਹੀ ਬੱਚੇ ਸਟੱਡੀ ਕਰ ਰਹੇ ਹੈਗੇ ਇੱਕ ਬੈਂਚ ਦੇ ਉੱਪਰ ਤਕਰੀਬਨ ਇੱਕ ਬੱਚਾ ਜਿਹੜਾ ਹੈਗਾ ਪ੍ਰਬੰਧਕਾਂ ਵੱਲੋਂ ਬਿਠਾਇਆ ਗਿਆ ਹੈਗਾ ਬੜਾ ਵਧੀਆ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪ੍ਰੋਪਰ ਜਿਹੜੀ ਗਾਈਡਲਾਈਨ ਆ ਕੋਵਿਡ ਦੀ ਉਹਦੀ ਪਾਲਣਾ ਕੀਤੀ ਗਈ ਹੈ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜੇ ਸਕੂਲ ਰੀਓਪਨ ਹੋਏ ਹੈਗੇ 2 ਅਗਸਤ ਨੂੰ ਜਿਹੜੇ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਰੀਓਪਨ ਕੀਤਾ ਸੀਗਾ
ਬੱਚਿਆਂ ਦੇ ਮਨ ਦੇ ਵਿੱਚ ਵੀ ਕੁਛ ਭੈ ਸੀ, ਪੇਰੈਂਟਸ ਦੇ ਮਨ ਦੇ ਵਿੱਚ ਵੀ ਕੋਵਿਡ ਨੂੰ ਲੈ ਕੇ ਕਾਫੀ ਭੈ ਸੀਗਾ। ਡੇਢ ਸਾਲ ਦਾ ਜਿਹੜਾ ਲੰਬਾ ਅਰਸਾ ਸੀਗਾ ਉਹਦੇ ਬਾਅਦ ਸਕੂਲ ਦੁਬਾਰਾ ਰੀਓਪਨ ਕੀਤੇ ਗਏ ਆ। ਬੱਚਿਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਇਸ ਚੀਜ਼ ਨੂੰ ਲੈ ਕੇ। ਔਲਰੇਡੀ ਸਟੱਡੀ ਆ ਉਹ ਵੀ ਬਿਹਤਰ ਤਰੀਕੇ ਨਾਲ ਪੂਰੇ ਵਧੀਆ ਤਰੀਕੇ ਦੇ ਨਾਲ ਹੁਣ ਦੁਬਾਰਾ ਸ਼ੁਰੂ ਹੋ ਚੁੱਕੀ ਆ, ਤਾਂ ਜੋ ਜਿਹੜੇ ਹੈਗੇ ਆ ਬੱਚੇ ਪੜ੍ਹ ਲਿਖ ਕੇ ਕੋਈ ਆਪਦਾ ਚੰਗੇ ਆ ਉਹਨਾਂ 'ਤੇ ਜਾ ਸਕਣ, ਪ੍ਰੋਪਰ ਜਿਹੜੀ ਗਾਈਡਲਾਈਨ ਦੀ ਪਾਲਣਾ ਗੀ ਉਹ ਸਕੂਲ ਪ੍ਰਬੰਧਕਾਂ ਵੱਲੋਂ ਕਰਵਾਈ ਜਾ ਰਹੀ ਹੈ। ਕੋਵਿਡ ਦੇ ਮੱਦੇਨਜ਼ਰ ਕਾਫੀ ਲੰਬੇ ਸਮੇਂ ਬਾਅਦ ਜਿਹੜੇ ਸਕੂਲ ਆ ਦੁਬਾਰਾ ਰੀਓਪਨ ਹੋਏ ਆ। ਅੱਜ ਅਸੀਂ ਵੱਖ ਵੱਖ ਸਕੂਲਾਂ ਦੀ ਵਿਜ਼ਿਟ ਕੀਤੀ, ਗਰਾਊਂਡ ਰਿਪੋਰਟ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਆ ਗਏ ਉਹ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਗਏ ਹੈਗੇ। ਇਸ ਟਾਈਮ ਅਸੀਂ ਮਾਊਂਟ ਲੇਟਰਾ ਜੀ ਸਕੂਲ ਦੇ ਵਿੱਚ ਖੜਿਆ, ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਗੀਤਾ ਪਿੱਲੇ ਮੈਡਮ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਡਮ ਅੱਜ ਅਸੀਂ ਤੁਹਾਡੇ ਸਕੂਲ ਦੀ ਵਿਜ਼ਿਟ ਕੀਤੀ, ਕਾਫੀ ਵਧੀਆ ਪ੍ਰਬੰਧ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਵੱਲੋਂ ਕੀਤੇ ਗਏ ਆ, ਪ੍ਰੋਪਰ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਗਈ ਆ। ਦੂਸਰਾ ਮੈਡਮ ਜੇਕਰ ਆਪਾਂ ਦੇਖੀਏ ਮਾਸਕ ਜਿਹੜਾ ਹੈਗਾ ਉਹਦੀ ਪ੍ਰੋਪਰ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ, ਸੈਨੀਟਾਈਜ਼ਰ ਦਾ ਵੀ ਪ੍ਰਬੰਧ ਸਕੂਲ ਵੱਲੋਂ ਕੀਤਾ ਗਿਆ, ਕੀ ਕਹਿਣਾ ਤੁਹਾਡਾ? ਡੈਫੀਨੇਟਲੀ ਜਿਵੇਂ ਕਿ ਗੌਰਮੈਂਟ ਦੇ ਡਾਇਰੈਕਸ਼ਨਸ ਨੇ ਅਤੇ ਵੀ ਨੀਡ ਟੂ ਟੇਕ ਕੇਅਰ ਆਫ ਦੈਮ ਬਿਕੋਜ ਐਜ਼ ਦਾ ਪੈਂਡਮਿਕ ਸਪਰੈਡਿੰਗ ਡੇ ਬਾਈ ਡੇ, ਸੋ ਇਟ ਇਜ਼ ਆਰ ਪ੍ਰਾਈਮ ਰਿਸਪੋਂਸਿਬਿਲਿਟੀ ਟੂ ਟੇਕ ਕੇਅਰ ਆਫ ਆਰ ਸਮਾਲ ਕਿਡਸ। So whatever the best we can, we are trying our level best, whatever the way the government has directed us. So hum jaise bacche aate hain, we are like making them sanitize, we are checking their temperature also, even we are ensuring that they should maintain a proper distance in classroom as well as they should be covered with proper mask. And every time we are guiding them to use hand wash or sanitizer so that this disease should not spread. So the way we are taking care, we are doing our level best. ਤੁਸੀਂ ਦੇਖ ਸਕਦੇ ਕਿ ਇਹ ਸਾਡੇ ਨਾਲ ਮੌਜੂਦ ਸੀਗੇ ਮਾਊਂਟ ਲਿਟਰਾ ਜੀ ਸਕੂਲ CBSE ਐਫਿਲੇਟ ਜੋ ਕਿ ਰਾਮਪੁਰਾ ਫੂਲ ਦਾ ਕਾਫੀ ਮੰਨਿਆ ਪ੍ਰਮੰਨਿਆ ਸਕੂਲ ਆ, ਉਹਦੇ ਪ੍ਰਿੰਸੀਪਲ। ਇਹਨਾਂ ਦਾ ਵੀ ਕਹਿਣਾ ਕਿ ਪ੍ਰੋਪਰ ਤਰੀਕੇ ਨਾਲ ਜੋ ਸਾਨੂੰ ਸਮੇਂ ਸਮੇਂ 'ਤੇ ਸਰਕਾਰ ਦੀਆਂ ਗਾਈਡਲਾਈਨ ਆਉਂਦੀਆਂ ਗੀਆਂ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਗਾ ਬਿਹਤਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਰਾਮਪੁਰਾ ਫੂਲ ਦੇ ਵੱਖ ਵੱਖ ਸਕੂਲਾਂ ਦੀ, ਜਿਹਦੇ ਵਿੱਚ ਅਸੀਂ ਦੇਖਿਆ ਕਿ ਵਧੀਆ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਗਾ ਮਾਸਕ ਦੀ ਵਰਤੋਂ ਕੀਤੀ ਗਈ ਆ, ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਗਈ ਆ। ਬੜੇ ਵਧੀਆ ਜਿਹੜੇ ਕਲਾਸਰੂਮ ਆ ਉਹਨਾਂ ਦੇ ਵਿੱਚ ਜਿਹੜੇ ਪ੍ਰੋਪਰ ਮੇਨਟੇਨ ਬੱਚਿਆਂ ਨੂੰ ਕੀਤਾ ਜਾ ਰਿਹਾ ਸੀਗਾ। ਰਾਮਪੁਰਾ ਫੂਲ ਤੋਂ ਕੈਮਰਾਮੈਨ ਪ੍ਰੀਤ ਔਲਖ ਨਾਲ ਜਸਵੀਰ ਔਲਖ, NC7 ਵਿੱਚ।